ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਨੇਹਾ ਲੈ ਕੇ ਹਾਜ਼ਰ ਇੱਕ ਹੋਰ ਖਾਸ ਖਬਰ। ਨੂਰਮਹਿਲ ਵਿਖੇ ਚੋਰ ਇੱਕ ਜਨਰਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਦੁਕਾਨਾਂ ਚੋਂ 75-80 ਹਜ਼ਾਰ ਦੀ ਨਗਦੀ ਲੈ ਕੇ ਰਫੂ ਚੱਕਰ ਹੋ ਗਏ। ਚੋਰੀ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਟੋਰ ਦਾ ਮਾਲਕ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਸਟੋਰ ਤੇ ਆਇਆ ਅਤੇ ਦੇਖਿਆ ਕਿ ਸਟੋਰ 'ਚ ਚੋਰੀ ਹੋ ਚੁੱਕੀ ਹੈ। ਚੋਰਾਂ ਦੇ ਹੌਸਲੇ ਦਿਨ ਬ ਦਿਨ ਵੱਧਦੇ ਹੀ ਜਾ ਰਹੇ ਹਨ ਅਤੇ ਚੋਰ ਬਿਨਾਂ ਕਿਸੇ ਡਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਨੂਰ ਮਹਿਲ ਵਿਖੇ, ਜਿੱਥੇ ਦੇ ਰਾਮਾ ਜਨਰਲ ਸਟੋਰ ਤੇ ਕੁਝ ਚੋਰ ਰਾਤ ਸਮੇਂ ਸਟੋਰ ਦੀ ਉੱਪਰਲੀ ਮੰਜ਼ਿਲ ਦੀ ਗ੍ਰਿਲ ਤੋੜ ਕੇ ਦੁਕਾਨ ਵਿੱਚ ਦਾਖਲ ਹੋਏ ਅਤੇ ਗੱਲੇ ਵਿੱਚ ਪਏ 75-80 ਹਜ਼ਾਰ ਰੁਪਏ ਲੈ ਕੇ ਰਫੂ ਚੱਕਰ ਹੋ ਗਏ। ਪੀੜਤ ਦੁਕਾਨ ਮਾਲਕ ਵਰਿੰਦਰ ਕੁਮਾਰ ਗੋਲਡੀ ਨੇ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਮੈਂ ਵਰਿੰਦਰ ਕੁਮਾਰ ਗੋਲਡੀ, ਮੈਂ ਆਪਣੀ ਦੁਕਾਨ 'ਤੇ ਸਵੇਰੇ 7:50 'ਤੇ ਆਇਆ। ਜਦ ਮੈਂ ਆਪਣੀ ਦੁਕਾਨ ਦੇ ਸ਼ਟਰ ਚੱਕ ਕੇ ਅੰਦਰ ਵੜਿਆ ਤਾਂ ਮੇਰੇ ਤਿੰਨੇ ਗੱਲੇ ਖਾਲੀ ਸੀ ਔਰ ਮੈਂ ਬੜਾ ਘਬਰਾਇਆ ਔਰ ਮੈਂ ਕਿਹਾ ਕਿ ਮੇਰੇ ਤਿੰਨੇ ਗੱਲੇ ਖਾਲੀ ਆ, ਮੂਹਰੇ ਸ਼ਟਰ ਬੰਦ ਆ ਅਤੇ ਕੌਣ ਲਿਜਾ ਸਕਦਾ। ਲੇਕਿਨ ਜਦ ਮੈਂ ਉੱਪਰ ਚੜ੍ਹ ਕੇ ਤੀਜੀ ਮੰਜ਼ਿਲ 'ਤੇ ਦੇਖਿਆ ਤਾਂ ਇੱਕ ਮੇਰੀ ਸੀਮਿੰਟ ਦੀ ਜਿਹੜੀ ਗ੍ਰਿਲ ਸੀਗੀ ਉਹ ਤੋੜੀ ਸੀ, ਉਹਦੇ ਵਿੱਚੋਂ ਦੀ ਰੱਸਾ ਪਾ ਕੇ ਉਹ ਬੰਦਾ ਉਤਰਿਆ ਔਰ ਮੇਰੇ 1,75,000-80,000 ਰੁਪਏ ਕੈਸ਼ ਗਲੀਆਂ ਦੇ ਵਿੱਚੋਂ ਲੈ ਕੇ ਗਿਆ ਹੈਗਾ ਔਰ ਮੈਂ ਮੰਗ ਕਰਦਾ ਹੈਗਾ ਕਿ ਮੇਰੇ ਪੈਸੇ ਮੈਨੂੰ ਦਵਾਏ ਜਾਣ, ਚੋਰ ਨੂੰ ਫੜਿਆ ਜਾਵੇ ਔਰ ਮੇਰੇ ਪੈਸੇ ਮੈਨੂੰ ਵਾਪਸ ਮਿਲ ਸਕਣ। ਤੁਹਾਨੂੰ ਕਿਸੇ 'ਤੇ ਸ਼ੱਕ? ਸ਼ੱਕ ਨਹੀਂ ਮੈਨੂੰ ਕਿਸੇ 'ਤੇ ਕੋਈ ਵੀ ਹੈਗੇ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਨੂਰ ਮਹਿਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਦਾ ਕਹਿਣਾ ਕਿ ਪੁਲਿਸ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਵੇਗੀ। ਨੂਰ ਮਹਿਲ ਤੋਂ ਲਵਲੀ ਕੁਮਾਰ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।